ਦੋ ਚਾਰ ਸ਼ੇਅਰ ਹਾਜ਼ਰ ਨਾਲ ਤੌਰ 'ਤੇ, ਚੂੰਕਿ ਵਾਰਿਸ ਸ਼ਾਹ ਦੀ ਨਗਰੀ ਤੋਂ ਇਹ ਮੇਲਾ ਵੀ ਬਾਬਾ ਜੀ ਦਾ ਪਿਛਲੇ ਦਿਨ ਖਤਮ ਹੋਇਆ, ਇਹ ਸਾਰੀਆਂ ਸੰਗਤਾਂ ਉੱਥੇ ਵੀ ਨਜ਼ਰ ਆਈਆਂ ਨੇ, ਅੱਜ ਜਿਹੜੀਆਂ ਸਾਹਮਣੇ ਬੈਠੀਆਂ ਨੇ। ਬਾਬਾ ਜੀ ਫਰਮਾਉਂਦੇ ਨੇ ਵਾਸਤੇ ਨਹੀਂ, ਮਰਦ ਵਾਸਤੇ ਵੀ। ਬਾਬਾ ਵਾਰਿਸ ਸ਼ਾਹ ਨੇ ਉਹਦੀ ਵਜ਼ਾਹਤ ਕੀਤੀ ਹੈ ਕਿ ਮਰਦ ਵੀ ਆਪਣੀ ਨਜ਼ਰ 'ਚ ਹਯਾ ਦਾ ਔਰ ਅਦਬ ਦਾ ਅੰਤਰ ਕਾਇਮ ਕਰਾਈ। ਮੈਥੋਂ ਸੱਚ ਜੀ ਗੱਲ ਜੇ ਪੁੱਛ ਸੱਚ ਦੀ ਗੱਲ ਜੇ ਪੁੱਛਣੀ ਕੰਨ ਖੋਲ ਕੇ ਸੁਣ ਮੁਠਿਆਰੀਏ ਨੀ ਮੈਂ ਤਾਂ ਖੋਲ ਕੇ ਅਗਲਾ ਕੇ ਕੁੰਡ ਨੂੰ ਸਾ
ਆਬ ਛੁਪਾ ਲੈਂਦਾ ਲੰਮੇ 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 ਕੁੰਡ ਵਾਲੀ ਰੜੇ ਮਾਰੀਏ ਨੀ ਕੁੰਡ ਆਸ਼ਕਾਂ ਦੇ ਬੇੜੇ ਡੋਬ ਦਿੰਦਾ ਤਦੋਂ ਇਹ ਜਹਾਨ ਸਭ ਨਜ਼ਰ ਆਵੇ ਜਦੋਂ ਜਦੋਂ ਕੁੰਡ ਨੂੰ ਜ਼ਰਾ ਉਤਾਰੀਏ ਵਾਰਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ ਤੇ ਫੁੱਲ ਅੱਗ ਦੇ ਵਿੱਚ ਨਾ ਸਾੜੀਏ ਜੰਨਤ ਸਾਵੀ ਜੋ ਵੇਚਦੇ
ਸ਼ਾਹ ਸਰਕਾਰ ਇਕਤ ਦੀ ਗੱਲ ਕਰਦੇ ਨੇ, ਯਕਤਾ ਦੀ ਗੱਲ ਕਰਦੇ ਨੇ, ਵਨਨੈਸ ਦੀ ਗੱਲ ਕਰਦੇ ਨੇ ਕਿ ਉਹ ਕੀ ਹੈ। ਜਿਹੜੇ ਇੱਕ ਦੇ ਨਾਮ ਤੇ ਮੈਂ ਹੋਏ ਮਨਜ਼ੂਰ ਖੁਦਾ ਦੇ ਰਾਦੇ ਨੇ, ਉਹ ਜਿੰਨਾ ਇੱਕ ਦਾ ਸਾਰੇ ਪਰੋਏ ਆ ਤੇ ਉਸ ਮੰਦਰ ਨੂੰ ਵਾਰਸ ਸ਼ਾਹ ਨੇ ਕਿਸ ਤਰ੍ਹਾਂ ਸਰਕਾਰ ਨੇ ਦੱਸਿਆ ਪਰਵਾਨ ਨੇ
ਮਾਲਾ ਮਣਕਿਆਂ ਮਾਲਾ ਮਣਕਿਆਂ ਵਿੱਚ ਜੂ ਇੱਕ ਤਾਤਾ ਤਿਵੇਂ ਸਰਬ ਕੇ ਬੀਚ ਸਮਾਰਿਆ ਉਹ ਸਭਨਾ ਜੀਵਾਂ ਦੇ ਵਿੱਚ ਹੈ ਜਾਣ ਵਾਂਗੂ ਨਸ਼ਾ ਨਸ਼ਾ ਭੰਗ ਅਫੀਮ ਵਿੱਚ ਆ ਰਿਹਾ ਜਿਵੇਂ ਪੱਤਰੀ ਮਹਿੰਦੀਓ ਰੰਗ ਰਚਿਆ ਰਕਤ ਸਰੀਰ ਵਿੱਚ ਸਾਂਸ ਅੰਦਰ ਓ ਤਿਵੇਂ ਜੋਤ ਮੈਂ ਜੋਤ ਬਣਾ ਰੇ ਰਾਂਝਾ ਬਣ ਕੇ ਖਰਚ ਹੈ ਵਾਰਸ ਸ਼ਾਮੀਆਂ ਜਿਹਨੂੰ ਇਸ਼ਕ ਲੱਗਾ ਹੈ ਦੀਨ ਦੁਨੀ ਦੇ ਕੰਮ ਥੀ ਜਾ ਹੀਰ ਜੀ
ਆ ਗਿਆ, ਖੁਸ਼ਖਬਰੀ ਦਾ ਵਕਤ ਹੈ। ਅਤੇ ਇੱਕ ਸ਼ੇਰ ਮੀਆਂ ਮੋਹਨ ਬਖਸ਼ ਦਾ ਜਾ ਰਿਹਾ, ਬੜੀ ਖੂਬਸੂਰਤੀ ਨਾਲ ਰਾਂਝੇ ਹੋਰਾਂ ਦੀ ਗੱਲ ਕੀਤੀ, ਫਰਮਾਨੇ ਦੁਨੀਆਂ 'ਤੇ